ਬਾਈ ਮੇ ਉਹ ਮੈਂ ਤੁਹਾਨੂੰ ਦੱਸਾਂ ਵੀ ਆਪਣੇ ਤਾਂ ਟਰੈਕਟਰ ਹੁਣ ਆਇਆ ਕੋਈ ਮੰਨ ਲਾ ਕੋਈ ਜਿੰਨੇ ਹਾਰਸ ਪਾਵਰ ਦੇ ਜਿਹੜੇ ਅੱਜ ਕੱਲ੍ਹ ਡੇਢ ਡੇਢ ਕਰੋੜ ਦੇ ਟਰੈਕਟਰ ਕੱਢੇ ਆ ਤਾਂ ਇਹ ਟਰੈਕਟਰ ਜਿਹੜਾ ਹੈਗਾ ਚੀਨੀਆਂ ਕੋਲ ਮੈਨੂੰ ਲੱਗਦਾ ਵੀ ਇਹਨੂੰ ਜਰ ਲੱਗੀ ਪਈ ਹੈ ਜੇ ਦੇਖਿਆ ਜਾਵੇ ਸਾਰੇ ਸਾਰੇ ਵਿੱਚ ਹੱਥ ਪੈ ਸਕਦਾ ਮੰਨ ਲਗਭਗ ਮੈਂ ਕਹਿੰਦਾ ਜਿਹੜੇ ਸਾਡੇ ਕੋਲ ਅੱਜ ਟਰੈਕਟਰ ਹੈ ਨਾ ਤਾਂ ਇਹਨਾਂ ਕੋਲ ਲਗਭਗ 50 ਸਾਲ ਮੰਨ ਲਾ 60-70 ਸਾਲ ਪਹਿਲਾਂ ਹੀ ਇਹ ਟਰੈਕਟਰ ਆ ਕੇ ਮੁੜ ਚੁੱਕੇ ਆ ਮੰਨ ਲਾ ਤੁਸੀਂ ਇਹਦੇ ਟਾਇਰ ਦੇਖੋ ਬਾਈ ਜੱਫਾ ਪਾਲਾ ਨਾ ਮੈਂ ਐਡੇ ਐਡੇ ਟਾਇਰ ਹੈ ਪਤੰਦਰ ਦੇ ਅਤੇ ਮੈਂ ਕਹਾਂ ਵੀ ਇਹ ਇਹਨਾਂ ਨੇ ਵੈਸੇ ਆਪਦੀ ਸ਼ੋਅ ਆਫ ਵਾਸਤੇ ਰੱਖਿਆ ਵੀ ਇੱਥੋਂ ਪਤਾ ਲੱਗਦਾ ਵੀ ਇਹ ਬੰਦੇ ਕਿੱਡੇ ਮੈਂ ਕਹਿੰਦਾ ਤਕੜੇ ਸੀਗੇ ਅਤੇ ਇਹਦੇ ਉੱਤੇ ਪਤਾ ਕਿਵੇਂ ਚੜ੍ਹਨਾ ਪੈਂਦਾ ਸੀਗਾ ਪੌੜੀ ਲਾ ਕੇ ਠੀਕ ਹੈ ਪੌੜੀ ਲਾ ਕੇ ਕੁਰਸੀ ਦੇਖੀ ਕੁਰਸੀ ਬਾਈ ਦੀ ਕੁਰਸੀ ਬਣਾਈ ਸੀਗਾ ਲੱਕੜ ਦੀ 3000 ਦੀ ਅਤੇ ਆਹ ਦੇਖੀ ਉੱਪਰ ਸਟੇਅਰਿੰਗ ਸਟੂਰਿੰਗ ਆਹ ਜਰ ਲੱਗੀ ਆ ਮੈਨੂੰ ਤਾਂ 50-50 ਸਾਲ ਕੀ 100 ਸਾਲ ਪਹਿਲਾਂ ਮੰਨ ਲਾ ਇਹਨਾਂ ਕੋਲ ਉਹ ਦਿਨਾਂ ਦੇ ਵਿੱਚ ਇਹੋ ਜਿਹੇ ਟਰੈਕਟਰ ਸੀਗੇ ਇਹ ਜਿਨ੍ਹਾਂ ਨਾਲ ਦੋ ਕੰਮ ਕਰਦੇ ਸੀ ਖੇਤੀ ਵੀ ਕਰਦੇ ਸੀਗੇ ਇਹ ਜਿਵੇਂ ਆਪਣੇ ਵਾਲੇ ਕੀ ਕਰਦੇ ਉਹਦੇ ਮੂਹਰੇ ਜੇ JCB ਵਾਲਾ ਕੰਮ ਵੀ ਆਹ ਦਿਖਾਵਾਂ ਮੂਹਰੇ ਕਰੇਨ ਵੀ ਬਣੀ ਹੋਈ ਹੈ ਆਹ ਦੇਖੋ ਸਾਰਾ ਸਾਰਾ ਬਾਈ ਮੰਨ ਲਾ ਮੂਹਰੇ ਕਰੇਨ ਲੱਗਿਆ ਉਧਰੋਂ ਟਰੈਕਟਰਾਂ ਬੁਲਡੋਜ਼ਰ ਵੀ ਕਹਿ ਸਕਦੇ ਇਹਨੂੰ ਮੰਨ ਲਾ ਜੋ ਤੁਹਾਡੇ ਜੀ ਜਾ ਕਰ ਕਹਿ ਸਕ ਉਹ ਆਉਂਦਾ ਉਹ ਕਹਿ ਸਕਦੇ ਹੋ ਇਹਦੇ ਮੂਹਰੇ ਆਹ ਲੱਗਿਆ ਜਿਵੇਂ ਆਪਾਂ ਰੂੜੀ ਚੱਕਣ ਵਾਲਾ ਨਾ ਠੀਕ ਹੈ ਕਿਉਂਕਿ ਆਪਾਂ ਛੋਟੇ ਛੋਟੇ ਲਾਉਣੇ ਆ ਮੂਹਰੇ ਕਿਰਾਏ ਚੱਕਣ ਵਾਲੇ ਹੈ ਨਾ ਤਾਂ ਇਹਨਾਂ ਦੇਖ ਲਾ ਇਹਨੂੰ ਮਾੜਾ ਗੌਰਵ ਦਿਖਾਈ ਬਾਈ ਇਹਦੇ ਤਾਂ ਚਾਹੇ ਬਾਈ ਪਤਾ ਨਹੀਂ ਕਿੰਨਾ ਕਿਲੋ ਮਰਜ਼ੀ ਬਣ ਚੱਕ ਲਾ ਅਤੇ ਆਹ ਟਰਾਲੀਆਂ ਟਰੂਲੀਆਂ ਇਹ ਅਸਲ ਵਿੱਚ ਸਮੁੰਦਰ ਦੇ ਕੰਮ ਆਉਂਦਾ ਸੀ ਕਿਉਂਕਿ ਇਹ ਇੱਥੇ ਡੈੱਡ ਸੀ 'ਤੇ ਹੈ ਅਤੇ ਆਹ ਸਾਨੂੰ ਇਹਦਾ ਪਹਿਲਾਂ ਸਮਾਨ ਦਿਖਾ ਦਿਆਂ ਅਤੇ ਆਪਾਂ ਜੇ ਮੈਂ ਇੱਧਰਲੇ ਪਾਸੇ ਦਾ ਸਟੀਅਰਿੰਗ ਸਟੂਰਿੰਗ ਲੱਗਿਆ ਹੋਇਆ ਠੀਕ ਹੈ ਅਤੇ ਆਹ ਵੀ ਮੰਨ ਲਾ ਦੋ ਗੇਅਰ ਆ ਜੇ ਉੱਧਰਲੇ ਪਾਸੇ ਥੱਲੇ ਵਾਲਾ ਦਿਖਾਈ ਤਾਂ ਵਿੱਚ ਲਾ ਯਾਰ ਸਿਸਟਮ ਕੀ ਆ ਬਾਈ ਆਹ ਤਾਂ ਮੈਂ ਕਹਿੰਦਾ ਅਲਟੀਮੇਟ ਕੰਮ ਆ ਭਰਾਵੋ ਇਹ ਦੁਨੀਆਂ ਇੱਥੇ ਦੁਨੀਆਂ ਖਤਮ ਹੁੰਦੀ ਹੈ ਚੀਨੀ ਤਾਂ ਮੰਨ ਲਾ ਉਹ ਦਿਨਾਂ ਦੇ ਵਿੱਚ ਅੱਜ ਤੋਂ 60-60 ਸਾਲ ਪਹਿਲਾਂ ਵੀ ਇਹਨਾਂ ਦੇ ਆਹ ਟਰੈਕਟਰ ਆ ਅਤੇ ਅੱਜ ਆਉਣਾ ਕੀ ਹੈ ਅਤੇ ਆਹ ਨਾ ਅਸਲ ਦੇ ਵਿੱਚ ਆਹ ਟ੍ਰੇਨ ਦਿਖਾ ਮਾੜੀ ਜੀ ਗੌਰਵ ਇਹ 350 ਦੀ ਸਪੀਡ 'ਤੇ ਜਾਂਦੀ ਹੈ 350 ਦੀ ਸਪੀਡ 'ਤੇ ਅਤੇ ਐਡਾ ਇਹਨਾਂ ਦਾ ਮੈਂ ਕਹਿੰਦਾ ਸਿਸਟਮ ਆ ਬਾਈ ਤੁਸੀਂ ਸੋਚ ਨਹੀਂ ਸਕਦੇ ਅਤੇ ਇੱਧਰਲੇ ਪਾਸੇ ਪੱਖਾ ਪੱਖਾ ਬਈ ਇੱਥੇ ਹੈ ਅਤੇ ਪੁਰਾਣਾ ਮੈਂ ਕਹਿੰਦਾ ਵੀ ਨਿਬੜੇ ਹੀ ਕੰਮ ਆ ਇਹ ਜਿਵੇਂ ਚਾਰ ਚੂਰ ਸਿਲੰਡਰ ਕਿਹੜੇ ਤਾਂ ਮੈਨੂੰ ਤਾਂ ਪਤਾ ਨਹੀਂ ਕਿੰਨੇ ਹਾਰਸ ਪਾਵਰ ਦਾ ਹੋਣਾ ਕਿੰਨਾ ਕੁ ਇਹਦਾ ਨਾਂ ਇਹਨਾਂ ਨੇ ਲੋਡਰ ਲਿਖਿਆ ਕੋਈ ਨਾ ਕੋਈ ਉੱਤੇ ਅਤੇ ਆਹ ਯਾਰ ਪਤਾ ਨਹੀਂ ਕਿੰਨਾ ਲੋਹਾ ਪਤਾ ਨਹੀਂ ਇੱਥੇ ਨਿਕਲਦਾ ਪਤਾ ਨਹੀਂ ਕੀ ਹੈ ਖਪਤ ਹੁੰਦਾ ਆਹ ਸਿਲੰਡਰ ਅੰਦਰੋਂ ਆਹ ਦਿਖਾਈ ਮਾੜਾ ਸਾਰਾ ਸਿਸਟਮ ਅਤੇ ਮੈਂ ਕਹਿੰਦਾ ਅਲਟੀਮੇਟ ਕੰਮ ਆ ਦੁਨੀਆਂ ਦਾ ਇਹ ਬਾਈ ਟਰੈਕਟਰਾਂ ਟੁਕਟਰਾਂ ਦੇ ਬਾਦਸ਼ਾਹ ਇਹਨਾਂ ਕੋਲ ਤਕਨੋਲਜੀ ਜਿਹੜੀ ਜਦੋਂ ਇਹਨਾਂ ਨੂੰ ਮਸ਼ੀਨਰੀ ਦੀ ਲੋੜ ਸੀ ਉਦੋਂ ਇਹਨਾਂ ਨੇ ਮਸ਼ੀਨਰੀ ਬਣਾਈ ਹਜੇ ਤੱਕ ਉਹ ਬੈਂਡਰੇ ਬੁੰਡਰੇ ਸਾਂਭੇ ਰੱਖੇ ਆ ਸਾਰਿਆਂ ਨੂੰ ਜਰ ਲੱਗ ਚੁੱਕੀ ਹੈ ਜੇ ਤੁਸੀਂ ਦੇਖੋ ਨਾ ਆਹ ਸਾਰਾ ਜਰਿਆ ਹੋਇਆ ਪਰ ਇਹਨਾਂ ਨੇ ਸਿਰਫ ਇਹਦੇ ਵਾਸਤੇ ਰੱਖਿਆ ਵੀ ਲੋਕਾਂ ਨੂੰ ਦੱਸ ਸਕੀਏ ਵੀ ਅਸੀਂ ਕਿਹੜੇ ਵੇਲਿਆਂ ਦੇ ਆਹ ਕੰਮਾਂ 'ਚੋਂ ਲੰਘ ਚੁੱਕੇ ਹਾਂ ਜਿਨ੍ਹਾਂ 'ਤੇ ਆਪਾਂ ਹਜੇ ਮਾਣ ਕਰਦੇ ਹਾਂ ਵੀ ਸਾਡੇ ਕੋਲ ਐਡਾ ਟਰੈਕਟਰ ਹੈ ਤਾਂ ਇਹਨਾਂ ਦੇ ਪਤੰਦਰਾਂ ਦੇ ਮੈਂ ਕਹਿੰਦਾ ਜਿੱਡਾ ਮੈਂ ਐਡਾ ਐਡਾ ਦਾ ਟਾਇਰ ਮਾੜਾ ਦਿਖਾਈ ਗੌਰ ਬਰਾਬਰ ਜਿਹੜਾ ਹੈਗਾ ਉਧਰਲੇ ਪਾਸੋਂ ਕਰਕੇ ਵੀ ਮੇਰੀ ਤੇ ਮੇਰਾ ਹੀ ਸਾਈਜ਼ ਸਾਈਜ਼ ਦਾ ਇਹਨਾਂ ਨੇ ਟਾਇਰ ਪਾ ਰੱਖਿਆ ਉਹ ਵੀ ਉਹ ਦਿਨਾਂ ਦੇ ਵਿੱਚ ਜਰ ਲੱਗਿਆ ਹੋਇਆ ਵੀਰੇ 50-60 ਸਾਲ ਪਹਿਲਾਂ ਇਹਨਾਂ ਕੋਲ ਇਹੋ ਜਿਹੇ ਟਰੈਕਟਰ ਆ ਅਤੇ ਹੁਣ ਤਾਂ ਪਤਾ ਨਹੀਂ ਕੀ ਬੰਬ ਹੋਣਗੇ ਅਤੇ ਉਹ ਸਲਾਈਸਰ ਦਿਖਾਈ ਉਧਰਲੇ ਪਾਸੇ ਇੱਕ ਵੱਡਾ ਸਲਾਈਸਰ ਲੱਗਿਆ ਅਤੇ ਦੂਜੇ ਦੇ ਉੱਤੇ ਟੋਪੀ 'ਚ ਪਾਈ ਬੈਠਿਆ ਵੀ ਪਾਣੀ ਪੂਣੀ ਨਾ ਪਵੇ ਅਤੇ ਤੇਲ ਤੂਲ ਪਤਾ ਨਹੀਂ ਕਿੰਨਾ ਕੁ ਪੈਂਦਾ ਹੋਣਾ ਅਤੇ ਆਹ ਜਿਹੜਾ ਸਟੇਅਰਿੰਗ ਹੈ ਇਹਦਾ ਵਿਚਾਰਾ ਜਰ ਜਰੂ ਖਾ ਗਿਆ ਠੀਕ ਆ ਜੇ ਮੈਂ ਇਹਦੇ ਉੱਤੇ ਚੜ੍ਹਦਾ ਹੋ ਸਕਦਾ ਬਾਈ ਮੈਂ ਥੱਲੇ ਉੱਤਰਦਾ ਇਹ ਤੋੜਦੇ ਹਾਂ ਅਤੇ ਆਪਾਂ ਨੂੰ ਫਾਈਨ ਪੈ ਜੇ ਫਾਇਦਾ ਕੋਈ ਨਹੀਂ ਟਰਾਲੀਆਂ ਦਿਖਾ ਦੇ ਮਾੜੀਆਂ ਜੀਆਂ ਠੀਕ ਆ ਆਹ ਟਰਾਲੀ ਹੈ ਜਿਹਦੇ ਉੱਤੇ ਸਾਰਾ ਕੁਝ ਲੱਦਿਆ ਲੁੱਦਿਆ ਹੋਇਆ ਬਾਈ ਠੀਕ ਆ ਇਹ ਮਛਵਾਰੇ ਹੈ ਇਸ ਮੱਛੀਆਂ ਫੜਨ ਜਾਂਦਾ ਜਾਲ ਆਪਣੇ ਵਾਲੇ ਮਛਵਾਰਿਆਂ ਦੇ ਜਾਲ ਵਿਚਾਰਿਆਂ ਦੇ ਕਿਹੜੇ ਹੁੰਦੇ ਛੋਟੇ ਛੋਟੇ ਅਤੇ ਇਹਨਾਂ ਦੇ ਪਤੰਦਰਾਂ ਦੇ ਜਾਲ ਹੈ ਇਹ ਤਾਂ ਮੈਨੂੰ ਲੱਗਦਾ ਬੰਦਾ ਵੀ ਉਲਝ ਜੇ ਚਾਹੇ ਜਹਾਜ਼ ਉਲਝ ਜੇ ਮੈਨੂੰ ਤਾਂ ਐਡੇ ਐਡੇ ਜਾਲਾਂ 'ਚ ਯਾਰ ਬਾਈ ਕਮਾਲ ਹੈ ਸੱਚੀ ਮੁੱਚੀ ਚਾਈਨਾ ਸਮਝ ਤੋਂ ਬਾਹਰ ਹੈ ਠੀਕ ਹੈ ਅਤੇ ਆਹ ਦੇਖ ਲਾ ਉਹ ਟਾਈਮਾਂ ਦੇ ਟਰੈਕਟਰ ਵੀਰੋ ਮੇਰੇ ਉਹ ਠੀਕ ਹੈ ਅਤੇ ਮੂਹਰੇ ਆਪਾਂ ਇਹਨੂੰ ਬੁਲਡੋਜ਼ਰ ਹੀ ਕਹਿ ਸਕਦਾ ਟਰੈਕਟਰ ਤਾਂ ਮੈਂ ਘੱਟ ਹੀ ਕਹਾਂ ਥੋੜ੍ਹਾ ਪਿੱਛੋਂ ਕਰਕੇ ਸਾਰਾ ਦਿਖਾਉਂਦੀ ਬਈ ਗੌਰ ਮਾੜਾ ਉੱਧਰੋਂ ਇੱਧਰੋਂ ਪਿੱਛੋਂ ਉੱਥੋਂ ਖੜ ਕੇ ਮਾੜਾ ਜਿਹਾ ਤਾਂ ਕਿ ਦਰਸ਼ਨ ਕਰ ਲੈਣ ਲੋਕ ਵੀ ਇਹ ਟਰੈਕਟਰ ਦੇ ਕੀ ਆ ਮੈਂ ਕਰਮਾ ਮਾਰਦਿਆਂ ਯਾਰ ਕਿੱਡਾ ਵੱਡਾ ਇਹ 1 2 3 4 5 6 7 7-8 ਕਰਮਾਂ ਦਾ ਟਰੈਕਟਰ ਆ ਵੀਰ ਮੇਰੇ ਉਹ ਇਹਨੂੰ ਤਾਂ ਖੜਾਉਣ ਵਾਸਤੇ ਮੈਨੂੰ ਤਾਂ ਆਪਾਂ ਕਿ ਇੱਕ ਨਵਾਂ ਘਰ ਪਾਉਣਾ ਪਊਗਾ ਹਜੇ ਇਹ ਉਹ ਟਾਈਮਾਂ ਦੇ ਆ ਹੁਣ ਪਤਾ ਨਹੀਂ ਕੀ ਬਣਾਈ ਬੈਠੇ ਹੋਣੇ ਆ ਇਹ ਤਾਂ ਮੈਂ ਪੁਰਾਣਾ ਹੀ ਬਣਾਇਆ ਅਤੇ ਇਹਦੇ ਤੇਲ ਤੂਲ ਇਹਨਾਂ ਗੇਲਣ ਹੀ ਰੱਖੀ ਬੈਠੇ ਇੱਧਰਲੇ ਪਾਸੇ ਇਹ ਕਹਿੰਦੇ ਬਈ ਇਹ ਖਾਂਦਾ ਪਤਾ ਨਹੀਂ ਡਰਮਾਂ ਦੇ ਡਰਮ ਹੋਣਾ ਅਤੇ ਆਹ ਤੇਲ ਤੂਲ ਵਾਲਾ ਕੰਮ ਕੀਤਾ ਗਿਆ ਅਤੇ ਬਸ ਯਾਰ ਦੁਨੀਆ ਖਾਤਮਾ ਚਾਹਣਾ ਦੇ ਭਰਾ ਬਸ ਮੈਂ ਤੁਹਾਨੂੰ ਦੱਸਤਾ ਵੀ ਇਦੋਂ ਬਾਅਦ ਹੱਥ ਖੜਿਆ ਮੇਰੇ ਤਾਂ ਬਾਈ ਦਿਖਾਉਣ ਵਾਲੇ ਕਰਨਗੋ ਅਤੇ ਕੁਛ ਨਹੀਂ ਕਹਿ ਸਕਦਾ ਬਸ ਇਹ ਬੰਦੇ ਭਰਾਵਾ ਦੁਨੀਆਂ ਦੀ ਏਲੀਅਨ ਆ ਏਲੀਅਨ ਬਸ ਇਹ ਤਾਂ ਸਿਸਟਮ ਹੀ ਖਤਮ ਆ ਬਾਈ ਸੋ ਮੈਂ ਆਸ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਚੰਗੀ ਲੱਗੀ ਹੈ ਤਾਂ ਗੁਰਪ੍ਰੀਤ ਕੋਹਲੀ ਫੇਸਬੁੱਕ ਪੇਜ ਨੂੰ ਗੌਰਵ ਕੋਰੀਆ ਫੇਸਬੁੱਕ ਪੇਜ ਨੂੰ ਗੁਰਪ੍ਰੀਤ ਕੋਹਲੀ ਯੂਟਿਊਬ ਚੈਨਲ ਗੁਰਪ੍ਰੀਤ ਕੋਹਲੀ ਅਫੀਸ਼ੀਅਲ ਨੂੰ ਦੱਬ ਕੇ ਸ਼ੇਅਰ ਕਰ ਲਓ ਦੱਬ ਕੇ ਜਿਹਨੂੰ ਕਹਿੰਦਾ ਦੱਬ ਕੇ ਕਿਉਂਕਿ ਪੂਰੀ ਦੁਨੀਆਂ ਦਿਖਾਉਣੀ ਆ ਜੰਗਲਾਂ ਵੇਚਦੀ ਤੁਹਾਨੂੰ ਆਸਟ੍ਰੇਲੀਆ ਵੀ ਲੈ ਕੇ ਜਾਣਾ ਹਜੇ ਤਾਂ ਚੱਲੇ ਹੀ ਚਾਈਨਾ ਤੂੰ ਹੈ ਅਤੇ ਬਾਬਿਓ ਆਉਣ ਵਾਲੇ ਟਾਈਮ ਅੱਜ ਤਾਂ ਭਚਾਲ ਪਾ ਦਾਂਗੇ ਆਪਾਂ ਤੁਹਾਡਾ ਬਸ ਆਪਣੇ ਨਾਲ ਸਾਥ ਚਾਹੀਦਾ ਵੀ ਹਾਂ ਬਾਈ ਕੋਟ ਦੀ ਤੂੰ ਦਿਖਾ ਦੇ ਦੇਖਣ ਵਾਲੇ ਬਥੇਰੇ